ਪ੍ਰਧਾਨ ਮੰਤਰੀ ਦੇ ਤੌਰ ਤੇ ਨਰਿੰਦਰ ਮੋਦੀ ਦੂਸਰੀ ਵਾਰ ਅਹੁਦੇ ਦੀ ਸਹੁੰ ਚੁੱਕ ਚੁੱਕੇ ਹਨ। ਸ਼ਾਨਦਾਰ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਮੰਤਰੀ ਮੰਡਲ ਦੇ 57 ਮੈਂਬਰਾਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਵਾਈ ਗਈ। ਪੀਐਮ ਮੋਦੀ ਦੀ ਇਸ ਨਵੀਂ ਕੈਬਨਿਟ ਵਿੱਚ ਜਿਸ ਵਿਅਕਤੀ ਦੇ ਨਾਮ ਦੀ ਸਭ ਤੋਂ ਜ਼ਿਆਦਾ ਚਰਚਾ ਹੈ ਉਹ ਹੈ ਓਡੀਸ਼ਾ ਦੇ ਸਾਂਸਦ ਪ੍ਰਤਾਪ ਚੰਦਰ ਸਾਰੰਗੀ। ਮੈਂ ਪ੍ਰਤਾਪ ਚੰਦਰ ਸਾਰੰਗੀ ਈਸ਼ਵਰ ਕੀ ਸ਼ਪਥ ਲੇਤਾ ਹੂੰ ਕਿ ਮੈਂ ਵਿਧੀ ਦੁਆਰਾ ਸਥਾਪਿਤ ਭਾਰਤ ਕੇ ਸੰਵਿਧਾਨ ਕੇ ਪ੍ਰਤੀ ਸੱਚੀ ਸ਼ਰਧਾ ਔਰ ਨਿਸ਼ਠਾ ਰੱਖੂੰਗਾ। ਮੈਂ ਭਾਰਤ ਕੀ ਪ੍ਰਭੁਤਾ ਔਰ ਅਖੰਡਤਾ ਅਕਸੁਰਨ ਰੱਖੂੰਗਾ। ਮੈਂ ਸੰਘ ਕੇ ਰਾਜ੍ਯ ਮੰਤਰੀ ਕੇ ਰੂਪ ਮੇਂ ਆਪਣੇ ਕਰਤਵਯੋਂ ਕਾ ਸ਼ਰਧਾਪੂਰਵਕ ਔਰ ਸ਼ੁੱਧ ਅੰਤਃਕਰਣ ਸੇ ਨਿਰਵਹਨ ਕਰੂੰਗਾ ਤਥਾ ਮੈਂ ਭੈ ਯਾ ਪਕਸ਼ਪਾਤ ਅਨੁਰਾਗ ਯਾ ਦ੍ਵੇਸ਼ ਕੇ ਬਿਨਾ ਸਭੀ ਪ੍ਰਕਾਰ ਕੇ ਲੋਗੋਂ ਕੇ ਪ੍ਰਤੀ ਸੰਵਿਧਾਨ ਔਰ ਵਿਧੀ ਕੇ ਅਨੁਸਾਰ ਨਿਆਂ ਕਰੂੰਗਾ। ਮੈਂ ਪ੍ਰਤਾਪ ਚੰਦਰ ਸਾਰੰਗੀ ਈਸ਼ਵਰ ਕੀ ਸ਼ਪਥ ਲੇਤਾ ਹੂੰ ਕਿ ਜੋ ਵਿਸ਼ੇ ਸੰਘ ਕੇ ਰਾਜ੍ਯ ਮੰਤਰੀ ਕੇ ਰੂਪ ਮੇਂ ਮੇਰੇ ਵਿਚਾਰ ਕੇ ਲੀਏ ਲਾਇਆ ਜਾਏਗਾ ਅਥਵਾ ਮੁਝੇ ਗਿਆਤ ਹੋਗਾ ਉਸੇ ਕਿਸੀ ਵਿਅਕਤੀ ਯਾ ਓਡੀਸ਼ਾ ਦੇ ਮੋਦੀ ਦੇ ਨਾਲ ਨਾਲ ਮਸ਼ਹੂਰ ਪ੍ਰਤਾਪ ਚੰਦਰ ਸਾਰੰਗੀ ਨੂੰ ਜਦੋਂ ਸਹੁੰ ਚੁਕਵਾਈ ਗਈ ਤਾਂ ਤਾੜੀਆਂ ਦੇ ਨਾਲ ਪੂਰਾ ਰਾਸ਼ਟਰਪਤੀ ਭਵਨ ਗੂੰਜ ਉੱਠਿਆ। ਆਪਣੀ ਸਾਦਗੀ ਦੇ ਲਈ ਜਾਣੇ ਜਾਣ ਵਾਲੇ ਸਾਰੰਗੀ ਦੀ ਪ੍ਰਧਾਨ ਮੰਤਰੀ ਮੋਦੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਤਾੜੀਆਂ ਦੇ ਨਾਲ ਹੌਸਲਾ ਅਫਜ਼ਾਈ ਕੀਤੀ। ਹਾਲਾਂਕਿ ਪ੍ਰਤਾਪ ਚੰਦਰ ਸਾਰੰਗੀ ਦਾ ਨਾਮ ਕਈ ਅਪਰਾਧਿਕ ਮਾਮਲਿਆਂ ਵਿੱਚ ਆ ਚੁੱਕਾ ਹੈ। ਚੋਣ ਸੁਧਾਰਾਂ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਨੈਸ਼ਨਲ ਇਲੈਕਸ਼ਨ ਵਾਚ ਅਤੇ ADR ਦੇ ਮੁਤਾਬਕ ਸਾਰੰਗੀ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਸਮੇਤ ਕਈ ਹੋਰ ਧਾਰਾਵਾਂ ਦੇ ਤਹਿਤ 7 ਮਾਮਲੇ ਦਰਜ ਹਨ। ਤੁਹਾਨੂੰ ਦੱਸ ਦਈਏ ਕਿ ਪ੍ਰਤਾਪ ਚੰਦਰ ਸਾਰੰਗੀ ਨੂੰ ਛੋਟੇ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ ਅਤੇ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲੇ ਵਿੱਚ ਰਾਜ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਸ਼ਲੇਸ਼ਣ ਦੇ ਮੁਤਾਬਕ ਸਾਰੰਗੀ 'ਤੇ ਜੋ 7 ਮਾਮਲੇ ਦਰਜ ਹਨ ਉਹਨਾਂ ਵਿੱਚ 7 ਗੰਭੀਰ ਧਾਰਾਵਾਂ ਹਨ, ਜਦੋਂ ਕਿ 15 ਹੋਰ ਧਾਰਾਵਾਂ ਲਗਾਈਆਂ ਗਈਆਂ ਹਨ। ਪ੍ਰਤਾਪ ਚੰਦਰ ਸਾਰੰਗੀ ਤੋਂ ਇਲਾਵਾ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਬੇਗੂਸਰਾਏ ਤੋਂ ਚੋਣ ਜਿੱਤੇ ਗਿਰੀਰਾਜ ਸਿੰਘ 'ਤੇ 6, ਬੀਜੇਪੀ ਪ੍ਰਧਾਨ ਅਤੇ ਗ੍ਰਹਿ ਮੰਤਰੀ ਬਣਾਏ ਗਏ ਅਮਿਤ ਸ਼ਾਹ 'ਤੇ 4, ਪੱਛਮੀ ਬੰਗਾਲ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਆਏ ਬਾਬੁਲ ਸੁਪ੍ਰੀਓ 'ਤੇ 4, ਨਿਤਿਆਨੰਦ ਰਾਏ 'ਤੇ 4 ਅਤੇ ਪ੍ਰਹਿਲਾਦ ਜੋਸ਼ੀ 'ਤੇ 1 ਕੇਸ ਦਰਜ ਹੈ। ਇਸ ਤੋਂ ਇਲਾਵਾ ਚੋਣਾਂ ਨਾਲ ਜੁੜੇ ਮਾਮਲਿਆਂ ਵਿੱਚ ਵੀ ਗਿਰੀਰਾਜ ਸਿੰਘ ਦੇ ਉੱਪਰ 6 ਮਾਮਲੇ ਦਰਜ ਹਨ, ਜਦੋਂ ਕਿ ਨਿਤਿਨ ਗਡਕਰੀ 'ਤੇ 4 ਅਤੇ ਅਸ਼ਵਨੀ ਕੁਮਾਰ ਚੌਬੇ 'ਤੇ 3 ਮਾਮਲੇ ਦਰਜ ਹਨ। ਚੋਣ ਸਾਲਾ ਪ੍ਰਤਾਪ ਚੰਦਰ ਸਾਰੰਗੀ ਨੂੰ ਮੋਦੀ ਕੈਬਨਿਟ ਦੇ ਵਿੱਚ ਸਭ ਤੋਂ ਗਰੀਬ ਮੰਤਰੀ ਕਿਹਾ ਜਾ ਰਿਹਾ ਹੈ। ਉਹ ਆਪਣੀ ਸਾਦਗੀ ਦੇ ਲਈ ਜਾਣੇ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਸਾਰੰਗੀ ਨੇ ਕਦੇ ਸਾਧੂ ਬਣਨਾ ਚਾਹਿਆ ਸੀ ਅਤੇ ਉਹ ਇਕਾਂਤ ਜੀਵਨ ਬਿਤਾਉਣਾ ਚਾਹੁੰਦੇ ਸਨ, ਪਰ ਉਹਨਾਂ ਦਾ ਸਮਾਜ ਦੇ ਪ੍ਰਤੀ ਸਮਰਪਣ ਅਤੇ ਜਨ ਸੇਵਾ ਦਾ ਭਾਵ ਉਹਨਾਂ ਨੂੰ ਮੋਦੀ ਮੰਤਰੀ ਮੰਡਲ ਵਿੱਚ ਲੈ ਆਇਆ। ਸਾਰੰਗੀ ਲੰਮੇ ਸਮੇਂ ਤੋਂ RSS ਨਾਲ ਜੁੜੇ ਰਹੇ ਹਨ ਅਤੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੇ ਬਾਲਾਸੋਰ ਸੰਸਦੀ ਸੀਟ ਤੋਂ ਬੀਜੂ ਜਨਤਾ ਦਲ ਦੇ ਉਮੀਦਵਾਰ ਰਵਿੰਦਰ ਕੁਮਾਰ ਜੇਨਾ ਨੂੰ 12,996 ਵੋਟਾਂ ਦੇ ਨਾਲ ਹਰਾ ਦਿੱਤਾ। ਬੀਜੇਪੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਸਾਰੰਗੀ ਨੂੰ ਓਡੀਸ਼ਾ ਦੇ ਵਿੱਚ ਮੋਦੀ ਵੀ ਕਿਹਾ ਜਾਂਦਾ ਹੈ। ਉਹ 2 ਵਾਰ ਓਡੀਸ਼ਾ ਵਿਧਾਨ ਸਭਾ ਲਈ ਚੁਣੇ ਜਾ ਚੁੱਕੇ ਹਨ। ਪ੍ਰਤਾਪ ਚੰਦਰ ਸਾਰੰਗੀ ਅਕਸਰ ਹੀ ਸਾਈਕਲ ਚਲਾਉਂਦਾ ਹੋਇਆ ਦੇਖਿਆ ਜਾ ਸਕਦਾ ਹੈ। ਚੋਣ ਪ੍ਰਚਾਰ ਦੇ ਵਿੱਚ ਜਨਤਾ ਨਾਲ ਜੁੜਨ ਦੇ ਲਈ ਉਸਨੇ ਇੱਕ ਆਟੋ ਰਿਕਸ਼ਾ ਵੀ ਕਿਰਾਏ ਤੇ ਲਿਆ ਸੀ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।